ਹਾਂਜੀ, ਸਤਿ ਸ਼੍ਰੀ ਅਕਾਲ, ਨਮਸਕਾਰ ਸਾਰਿਆਂ ਨੂੰ। ਮੈਂ ਮਨਪ੍ਰੀਤ ਕੌਰ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ MSW ਸਟੱਡੀ ਚੈਨਲ ਦੇ ਵਿੱਚ ਹਾਰਦਿਕ ਸਵਾਗਤ ਕਰਦੀ ਹਾਂ। ਅਤੇ ਅੱਜ ਦੀ ਮਾਡਰਨ ਹਿਸਟਰੀ ਦੀ ਕਲਾਸ ਸ਼ੁਰੂ ਹੋਣ ਤੋਂ ਪਹਿਲਾਂ ਤੁਹਾਨੂੰ ਦੱਸ ਦਿੱਤਾ ਜਾਂਦਾ ਹੈ ਕਿ ਸਾਡੇ MSW ਸਟੱਡੀ ਚੈਨਲ ਦੇ ਉੱਤੇ ਮਾਸਟਰ ਕੈਡਰ SST ਅਤੇ ਪੰਜਾਬੀ ਦੀ ਤਿਆਰੀ ਕਰਵਾਈ ਜਾ ਰਹੀ ਹੈ। PSTET CTET ਦੀ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਸਕਰੀਨ 'ਤੇ ਸ਼ੋਅ ਹੋ ਰਹੇ ਵਟਸਐਪ ਨੰਬਰ 'ਤੇ ਫੋਨ ਕਰ ਸਕਦੇ ਹੋ, ਮੈਸੇਜ ਕਰ ਸਕਦੇ ਹੋ। ਅਗਰ ਤੁਸੀਂ ਵਟਸਐਪ ਗਰੁੱਪ ਨਾਲ ਜੁਆਇਨ ਹੋਣਾ ਤਾਂ ਆਪਣਾ ਨੇਮ, ਸਬਜੈਕਟ, ਡਿਸਟ੍ਰਿਕਟ ਅਤੇ ਜੈਂਡਰ ਹੈ ਉਹ ਤੁਸੀਂ ਸਾਨੂੰ ਸੈਂਡ ਕਰੋਗੇ, ਠੀਕ ਹੈ। ਅਗਰ ਟੈਲੀਗ੍ਰਾਮ ਚੈਨਲ ਨਾਲ ਜੁੜਨਾ ਚਾਹੁੰਦੇ ਹੋ ਤਾਂ MSW ਸਟੱਡੀ ਚੈਨਲ ਨਾਲ ਜੁੜ ਸਕਦੇ ਹੋ, ਠੀਕ ਹੈ। ਅਗਲਾ ਪ੍ਰਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਵਾਰ ਫਿਰ ਕਹਿ ਦਿੰਦੀ ਹਾਂ ਕਿ ਤੁਹਾਡੇ ਹੱਥ ਵਿੱਚ ਪੈੱਨ ਅਤੇ ਕਾਪੀ ਜਿਹੜੀ ਆ ਜ਼ਰੂਰ ਹੋਣੀ ਚਾਹੀਦੀ, ਤਾਂ ਜੋ ਕਲਾਸ ਵਿੱਚ ਜੋ ਕਰਾਇਆ ਜਾ ਰਿਹਾ ਤੁਸੀਂ ਉਹਨੂੰ ਨੋਟ ਕਰੋ। ਨੋਟ ਕੀਤਾ ਹੋਇਆ ਤੁਸੀਂ ਰੀਡ ਕਰੋਗੇ, ਤੁਹਾਨੂੰ ਆਪਣੇ ਆਪ ਚੀਜ਼ਾਂ ਜਿਹੜੀਆਂ ਯਾਦ ਹੋਣ ਲੱਗ ਜਾਣਗੀਆਂ। ਜਿਹੜੇ ਪੇਪਰ ਦੇ ਵਿੱਚ ਤੁਹਾਡਾ ਇੱਕ ਜਾਂ ਦੋ ਨੰਬਰ ਘੱਟਦੇ ਆ ਨਾ, ਉਹ ਨਹੀਂ ਹੋ ਘਟਣਗੇ ਨਹੀਂ, ਉਹ ਵਧਣਗੇ ਹੀ। ਸੋ ਸਭ ਤੋਂ ਪਹਿਲਾ ਪ੍ਰਸ਼ਨ ਹੈ ਸਾਡੇ ਕੋਲ ਕਿ ਅੰਗਰੇਜ਼ਾਂ ਦੁਆਰਾ ਸ਼ੁਰੂ ਕੀਤੀਆਂ ਗਈਆਂ ਖੇਤੀਬਾੜੀ ਸੰਬੰਧੀ ਨੀਤੀਆਂ ਵਿੱਚ ਸਭ ਤੋਂ ਵਧੀਆ ਕਿਹੜਾ ਪ੍ਰਬੰਧ ਜਾਂ ਕਿਹੜੀ ਨੀਤੀ ਮੰਨੀ ਗਈ। ਅਸੀਂ ਪਿਛਲੀਆਂ ਕਲਾਸਾਂ ਦੇ ਵਿੱਚ ਕੀਤਾ ਕਿ ਅੰਗਰੇਜ਼ਾਂ ਨੇ ਕੀ ਆ ਖੇਤੀਬਾੜੀ ਸੰਬੰਧੀ ਜਿਹੜੇ ਨੀਤੀਆਂ ਬਣਾਈਆਂ, ਪ੍ਰਬੰਧ ਕੀਤੇ, ਹੈ ਨਾ। ਰੈਇਤਵਾੜੀ ਪ੍ਰਬੰਧ ਥਾਮਸ ਮੁਨਰੋ ਨੇ 1820 ਵਿੱਚ ਲਾਗੂ ਕੀਤਾ, ਹੈ ਨਾ, ਮਦਰਾਸ ਅਤੇ ਬੰਬਈ ਵਿੱਚ। ਸਥਾਈ ਬੰਦੋਬਸਤ ਜਿਹੜਾ ਕਾਰਨਵਾਲਿਸ ਨੇ ਸ਼ੁਰੂ ਕੀਤਾ ਸੀ। ਮਹਿਲਵਾੜੀ ਪ੍ਰਬੰਧ, ਇਹਦੇ ਵਿੱਚ ਕੀ ਹੁੰਦਾ ਸੀ ਕਿ ਪੂਰਾ ਮਹੱਲਾ ਮੀਨਜ਼ ਪੂਰਾ ਭਾਈਚਾਰਾ ਕੀ ਹੈ ਲਗਾਉਣ ਦਿੰਦਾ ਸੀ ਅੰਗਰੇਜ਼ੀ ਸਰਕਾਰ ਨੂੰ। ਇਜਾਰੇਦਾਰੀ ਜਾਂ ਠੇਕੇ 'ਤੇ ਭੂਮੀ ਦੇਣ ਦਾ ਪ੍ਰਬੰਧ, ਇਹ ਵਾਰਨ ਹੇਸਟਿੰਗ ਸ਼ੁਰੂ ਕਰਦਾ ਆ, ਠੀਕ ਹੈ। 5 ਸਾਲਾਂ ਲਈ ਠੇਕੇ 'ਤੇ ਭੂਮੀ ਦਿੱਤੀ, ਹੈ ਨਾ, ਉਹਨੂੰ ਕਹਿੰਦੇ ਸੀ ਇਜਾਰੇਦਾਰੀ ਪ੍ਰਬੰਧ, ਠੀਕ ਆ। ਹੁਣ ਅਸੀਂ ਦੇਖਣਾ ਹੈ ਕਿ ਇਹਨਾਂ ਪ੍ਰਬੰਧਾਂ ਵਿੱਚੋਂ ਵਧੀਆ ਪ੍ਰਬੰਧ ਕਿਹੜਾ ਸੀ, ਕਿਹੜੀ ਨੀਤੀ ਵਧੀਆ ਸੀ। ਸੋ ਮਹਿਲਵਾੜੀ ਜਿਹੜਾ ਪ੍ਰਬੰਧ ਹੈ ਨਾ, ਜਿਸ ਵਿੱਚ ਪੂਰਾ ਭਾਈਚਾਰਾ ਇਕੱਠਾ ਹੋ ਕੇ ਲਗਾ ਦਿੰਦਾ ਸੀ, ਉਹ ਬੈਸਟ ਮੰਨਿਆ ਗਿਆ, ਠੀਕ ਆ। ਅਗਲਾ ਪ੍ਰਸ਼ਨ ਹੈ, ਮਹਿਲਵਾੜੀ ਪ੍ਰਬੰਧ ਵਿੱਚ ਸਭ ਤੋਂ ਵੱਡਾ ਦੋਸ਼ ਕਿਹੜਾ ਸੀ। ਹੁਣ ਮਹਿਲਵਾੜੀ ਪ੍ਰਬੰਧ ਵਧੀਆ ਤਾਂ ਮੰਨਿਆ ਗਿਆ, ਹੈ ਨਾ, ਕਿਉਂਕਿ ਪੂਰਾ ਭਾਈਚਾਰਾ ਲਗਾ ਦਿੰਦਾ ਸੀ। ਹੁਣ ਇਹ 'ਚ ਮਤਲਬ ਦੋਸ਼ ਕੀ ਹੈ, ਕਮੀ ਕੀ ਹੈ? ਲਗਾਨ ਬਹੁਤ ਘੱਟ ਸੀ, ਲੋਕਾਂ ਨੂੰ ਬਹੁਤ ਜ਼ਿਆਦਾ ਭੂਮੀ ਲਗਾਨ ਦੇਣਾ ਪੈਂਦਾ ਸੀ, ਸਿਰਫ ਗਰੀਬ ਲੋਕਾਂ ਨੂੰ ਹੀ ਭੂਮੀ ਲਗਾਨ ਦੇਣਾ ਪੈਂਦਾ ਸੀ ਕਿ ਉਪਰੋਕਤ ਕੋਈ ਵੀ ਨਹੀਂ। ਬੱਚੇ, ਸੋ ਰਾਈਟ ਆਂਸਰ ਹੋਏਗਾ ਸਾਡੇ ਕੋਲ ਆਪਸ਼ਨ ਬੀ। ਜਿਹੜੇ ਭਾਰਤੀ ਲੋਕ ਸੀ ਉਹਨਾਂ ਨੂੰ ਜਿਹੜੀ ਲਗਾਨ ਜਿਹੜਾ ਲਗਾਨ ਹੈ ਟੈਕਸ ਹੈ ਉਹ ਜ਼ਿਆਦਾ ਦੇਣਾ ਪੈਂਦਾ ਸੀ, ਠੀਕ ਹੈ। ਪੂਰਾ ਭਾਈਚਾਰਾ ਜੇ ਦਿੰਦਾ ਸੀ ਤਾਂ ਅੰਗਰੇਜ਼ੀ ਸਰਕਾਰ ਨੂੰ ਟੈਕਸ ਵੀ ਜ਼ਿਆਦਾ ਹੀ ਇਕੱਠਾ ਹੁੰਦਾ ਸੀ। ਸੋ ਇਹ ਜਿਹੜਾ ਸਭ ਤੋਂ ਵੱਡਾ ਦੋਸ਼ ਮੰਨਿਆ ਗਿਆ, ਠੀਕ ਹੈ। ਅਗਲਾ ਪ੍ਰਸ਼ਨ ਹੈ ਕਿ ਜਦੋਂ ਅੰਗਰੇਜ਼ਾਂ ਦੁਆਰਾ ਭੂਮੀ ਕਰ ਵਧਾ ਦਿੱਤੇ ਗਏ ਤਾਂ 1849 ਈਸਵੀ ਵਿੱਚ ਪੰਜਾਬ ਦੇ ਕਿਹੜੇ ਕਿਹੜੇ ਭਾਗਾਂ ਵਿੱਚ ਕਿਸਾਨ ਵਿਦਰੋਹ ਹੋਏ? ਹੁਣ ਅੰਗਰੇਜ਼ੀ ਸਰਕਾਰ ਨੇ ਕੀ ਕੀਤਾ ਕਿ ਟੈਕਸ ਵਧਾ ਦਿੱਤੇ, ਠੀਕ ਹੈ। ਜਿਹੜੇ ਕਿਸਾਨ ਹੈ ਸ਼ਾਹੂਕਾਰਾਂ ਦੇ ਕਰਜ਼ਾਈ ਹੋਣ ਲੱਗੇ, ਕਿਸਾਨਾਂ ਦਾ ਸ਼ੋਸ਼ਣ ਹੋਣ ਲੱਗਾ, ਉਹ ਗਰੀਬ ਹੋਣ ਲੱਗੇ, ਭੁੱਖਮਰੀ ਫੈਲਣ ਲੱਗੀ, ਠੀਕ ਹੈ। ਫਿਰ ਵਿਦਰੋਹ ਸ਼ੁਰੂ ਹੋਏ। ਹੁਣ 1849 ਈਸਵੀ ਵਿੱਚ ਪੰਜਾਬ ਦੇ ਕਿਹੜੇ ਭਾਗਾਂ 'ਚ ਵਿਦਰੋਹ ਹੋਏ, ਕਿਸਾਨ ਵਿਦਰੋਹ, ਅਸੀਂ ਦੇਖਣਾ। ਪੰਜਾਬ ਅਤੇ ਰਾਵਲਪਿੰਡੀ, ਪਟਿਆਲਾ ਅਤੇ ਰਾਵਲਪਿੰਡੀ, ਜਲੰਧਰ ਅਤੇ ਕਪੂਰਥਲਾ, ਕਿ ਪਟਿਆਲਾ ਅਤੇ ਨਾਭਾ। ਸੋ ਬੱਚੇ, ਰਾਈਟ ਆਂਸਰ ਹੈ ਸਾਡੇ ਕੋਲ ਆਪਸ਼ਨ ਬੀ, ਪਟਿਆਲਾ ਅਤੇ ਰਾਵਲਪਿੰਡੀ ਦੇ ਵਿੱਚ ਕੀ ਹੈ ਕਿਸਾਨ ਵਿਦਰੋਹ ਹੁੰਦਾ ਹੈ। ਇੱਥੇ ਨੀਚੇ ਆਪਸ਼ਨ ਏ ਦਿੱਤੀ ਹੋਈ ਹੈ, ਇਹ ਆਪਸ਼ਨ ਕੁਰੈਕਟ ਨਹੀਂ ਹੈ, ਆਪਸ਼ਨ ਬੀ ਕੁਰੈਕਟ ਹੈ, ਠੀਕ ਹੈ। ਅਗਲਾ ਪ੍ਰਸ਼ਨ ਹੈ ਕਿ 1858 ਤੋਂ 1860 ਈਸਵੀ ਦੌਰਾਨ ਕਿਹੜੇ ਕਿਹੜੇ ਰਾਜਾਂ ਦੇ ਨੀਲ ਉਤਪਾਦਕਾਂ ਨੇ ਅੰਗਰੇਜ਼ੀ ਸਰਕਾਰ ਵਿਰੁੱਧ ਨੀਲ ਵਿਦਰੋਹ ਕੀਤੇ? ਹੁਣ ਕੀ ਹੈ, 1858 ਤੋਂ 1860 ਵਿੱਚ ਵੀ ਵਿਦਰੋਹ ਹੋਏ, ਹੈ ਨਾ। ਜਿਹੜੇ ਨੀਲ ਦੇ ਖੇਤੀ ਕਰਦੇ ਸੀ, ਨੀਲ ਦਾ ਉਤਪਾਦਕ ਕਰਦੇ ਸੀ, ਉਹਨਾਂ ਨੇ ਨੀਲ ਵਿਦਰੋਹ ਕੀਤੇ। ਹੁਣ ਕਿਤੇ ਕਿੱਥੇ ਕਿੱਥੇ ਇਹ ਅਸੀਂ ਦੇਖਣਾ। ਬੰਗਾਲ ਅਤੇ ਬਿਹਾਰ,
ਪੰਜਾਬ ਅਤੇ ਹਿਮਾਚਲ, ਗੁਜਰਾਤ ਅਤੇ ਮੱਧ ਪ੍ਰਦੇਸ਼, ਕਿ ਉਪਰੋਕਤ ਕੋਈ ਵੀ ਨਹੀਂ? ਸੋ ਰਾਈਟ ਆਂਸਰ ਬੱਚੇ ਸਾਡੇ ਕੋਲ ਆਪਸ਼ਨ ਏ, ਬੰਗਾਲ ਅਤੇ ਬਿਹਾਰ ਦੇ ਵਿੱਚ ਕੀ ਹੁੰਦਾ ਹੈ? ਨੀਲ ਵਿਦਰੋਹ ਹੁੰਦੇ, ਠੀਕ ਹੈ, ਅੰਗਰੇਜ਼ੀ ਸਰਕਾਰ ਦੇ ਵਿਰੁੱਧ। ਹੁਣ ਆਹ ਜਿਹੜਾ ਪ੍ਰਸ਼ਨ ਸਹੀ ਮਿਲਾਨ ਕਰੋ, ਇਹ ਅਸੀਂ ਯਾਦ ਵੀ ਕੀਤਾ ਹੁੰਦਾ, ਪੜ੍ਹਿਆ ਵੀ ਹੁੰਦਾ, ਹੁੰਦਾ ਵੀ ਸੌਖਾ ਹੈ, ਪਰ ਅਸੀਂ ਪਜ਼ਲ ਹੋ ਜਾਂਦੇ, ਇਹ ਸਾਡਾ ਟਾਈਮ ਵੀ ਬੜਾ ਵੇਸਟ ਕਰਦੇ। ਅਗਰ ਅਸੀਂ ਚੰਗੀ ਤਰ੍ਹਾਂ ਪੜ੍ਹਿਆ ਹੋਏਗਾ, ਧਿਆਨ ਨਾਲ ਕਲਾਸ ਲਗਾਈ ਹੋਏਗੀ, ਸੁਣਿਆ ਹੋਏਗਾ, ਲਿਖਿਆ ਨੋਟ ਕੀਤਾ ਹੋਏਗਾ, ਤਾਂ ਅਸੀਂ ਕਨਫਿਊਜ਼ ਨਹੀਂ ਹੋਵਾਂਗੇ, ਠੀਕ ਹੈ। ਹੁਣ ਦੇਖੋ, ਲਾਰਡ ਵਾਰਨ ਹੇਸਟਿੰਗਸ ਨੇ ਕਿਹੜਾ ਸ਼ੁਰੂ ਕੀਤਾ ਸੀ? ਇਜਾਰੇਦਾਰੀ ਪ੍ਰਬੰਧ, ਠੀਕ ਹੈ, ਪਹਿਲੇ ਦਾ ਸੀ ਹੋ ਗਿਆ। ਲਾਰਡ ਕਾਰਨਵਾਲਿਸ ਨੇ, ਉਹਨੇ ਕੀਤਾ ਸੀ ਸਥਾਈ ਬੰਦੋਬਸਤ, ਹੈ ਨਾ, ਇਹ ਹੋ ਗਿਆ। ਦੂਜੇ ਦਾ ਇਹ ਹੋ ਗਿਆ। ਥਾਮਸ ਮੁਨਰੋ ਨੇ ਕਿਹੜਾ ਸ਼ੁਰੂ ਕੀਤਾ ਸੀ? ਰਈਅਤਵਾੜੀ ਪ੍ਰਬੰਧ, ਜਿਹੜਾ 1820 ਦੇ ਵਿੱਚ ਸ਼ੁਰੂ ਕੀਤਾ ਗਿਆ। ਸੋ ਰਾਈਟ ਆਂਸਰ ਹੈ ਬੱਚੇ ਸਾਡੇ ਕੋਲ ਆਪਸ਼ਨ ਬੀ, ਠੀਕ ਹੈ। ਅਗਲਾ ਪ੍ਰਸ਼ਨ ਹੈ ਕਿ ਆਦਿਵਾਸੀ ਲੋਕ ਜਾਂ ਕਬਾਇਲੀ ਸਮਾਜ ਭਾਰਤ ਦੇ ਕਿਹੜੇ ਕਿਹੜੇ ਰਾਜਾਂ ਵਿੱਚ ਰਹਿੰਦੇ ਸਨ? ਇਹ ਬੜਾ ਹੀ ਇੰਟਰਸਟਡ ਜਿਹੜਾ ਟੋਪਿਕ ਆ, ਇਹ ਐਗਜ਼ਾਮ ਦੇ ਵਿੱਚ ਆਉਂਦਾ ਹੈ, ਠੀਕ ਹੈ। ਐਗਜ਼ਾਮਸ ਦੇ ਵਿੱਚ ਕੀ ਹੁੰਦਾ ਕਿ ਅਸੀਂ ਕਨਫਿਊਜ਼ ਹੋ ਜਾਂਦੇ, ਕਿਹੜਾ ਕਬੀਲਾ ਕਿੱਥੇ ਰਹਿੰਦਾ ਸੀ, ਇਹ ਕਬੀਲੇ ਨੇ ਕਿੱਥੋਂ ਵਿਦਰੋਹ ਸ਼ੁਰੂ ਕੀਤਾ, ਕਿੱਥੇ ਖਤਮ ਕੀਤਾ, ਹੈ ਨਾ। ਇਹ ਚੀਜ਼ਾਂ ਹੈਗੀਆਂ ਤਾਂ ਸੌਖੀਆਂ, ਪਰ ਜੇ ਅਸੀਂ ਧਿਆਨ ਨਾਲ ਕਰਾਂਗੇ ਤਾਂ। ਰਾਜਸਥਾਨ ਅਤੇ ਗੁਜਰਾਤ ਵਿੱਚ, ਬਿਹਾਰ ਅਤੇ ਉੜੀਸਾ, ਮੱਧ ਪ੍ਰਦੇਸ਼ ਮੀਨਸ MP, ਕਿ ਉਪਰੋਕਤ ਸਾਰੇ ਹੀ? ਸੋ ਬੱਚੇ, ਇਹ ਰਾਜਸਥਾਨ, MP ਅਤੇ ਰਾਈਟ ਆਂਸਰ ਹੈ ਸਾਡੇ ਕੋਲ ਉਪਰੋਕਤ ਸਾਰੇ ਹੀ, ਠੀਕ ਹੈ, ਜਿਹੜੇ ਆਦਿਵਾਸੀ ਜਾਂ ਕਬੀਲੇ ਦੇ ਲੋਕ ਸੀਗੇ ਨਾ, ਉਹ ਰਾਜਸਥਾਨ, ਗੁਜਰਾਤ, ਬਿਹਾਰ, ਉੜੀਸਾ ਅਤੇ MP ਦੇ ਵਿੱਚ ਰਹਿੰਦੇ ਸੀ, ਠੀਕ ਹੈ। ਆਪਸ਼ਨ ਡੀ ਜਿਹੜੀ ਹੈ ਉਹ ਰਾਈਟ ਹੈ। ਅਗਲਾ ਪ੍ਰਸ਼ਨ ਹੈ, ਆਦਿਵਾਸੀ ਲੋਕ ਜਾਂ ਕਬਾਇਲੀ ਸਮਾਜ ਕਿਸ ਨੂੰ ਕਿਹਾ ਜਾਂਦਾ ਸੀ? ਹੁਣ ਕਿੰਨਾ ਸੌਖਾ ਪ੍ਰਸ਼ਨ ਹੈ, ਪੇਪਰ ਦੇ ਵਿੱਚ ਆਉਂਦਾ, ਇਹਨੂੰ ਅਸੀਂ ਸੌਖਾ ਕਰਕੇ ਛੱਡਣਾ ਨਹੀਂ ਹੈ, ਇਹਨੂੰ ਅਸੀਂ ਪੜ੍ਹਨਾ ਅਤੇ ਲਿਖਣਾ ਹੈ। ਜੋ ਲੋਕ ਕਬੀਲਿਆਂ ਵਿੱਚ ਰਹਿੰਦੇ ਸਨ, ਜੋ ਲੋਕ ਪਿੰਡਾਂ ਵਿੱਚ ਰਹਿੰਦੇ ਸਨ, ਜੋ ਲੋਕ ਮਹਿਲਾਂ ਵਿੱਚ ਰਹਿੰਦੇ ਸਨ, ਕਿ ਉਪਰੋਕਤ ਕੋਈ ਵੀ ਨਹੀਂ? ਸੋ ਜਿਹੜੇ ਆਦਿਵਾਸੀ ਲੋਕ ਹੈ ਬੱਚੇ, ਕਬੀਲਿਆਂ ਵਿੱਚ ਰਹਿੰਦੇ ਸੀ, ਠੀਕ ਹੈ, ਇਸੇ ਕਰਕੇ ਇਹਨਾਂ ਨੂੰ ਕਬਾਇਲੀ ਸਮਾਜ ਵੀ ਕਿਹਾ ਜਾਂਦਾ ਹੈ, ਠੀਕ ਹੈ। ਅਗਲਾ ਪ੍ਰਸ਼ਨ ਹੈ ਕਿ ਆਦਿਵਾਸੀ ਲੋਕਾਂ ਦਾ ਸਭ ਤੋਂ ਵੱਡਾ ਹਿੱਸਾ ਕਿਹੜੇ ਪ੍ਰਦੇਸ਼ਾਂ ਵਿੱਚ ਰਹਿੰਦਾ ਸੀ? ਹੁਣ ਆਦਿਵਾਸੀ ਸਭ ਤੋਂ ਜ਼ਿਆਦਾ ਕਿਹੜੇ ਪ੍ਰਦੇਸ਼ਾਂ ਵਿੱਚ ਹੈ ਉਹ ਅਸੀਂ ਦੇਖਣਾ। ਰਾਜਸਥਾਨ ਅਤੇ ਮੱਧ ਪ੍ਰਦੇਸ਼, ਗੁਜਰਾਤ ਅਤੇ ਬਿਹਾਰ, ਉੜੀਸਾ, ਉਪਰੋਕਤ ਸਾਰੇ ਹੀ? ਸੋ ਰਾਈਟ ਆਂਸਰ ਹੈ ਬੱਚੇ ਸਾਡੇ ਕੋਲ ਆਪਸ਼ਨ ਡੀ, ਠੀਕ ਹੈ। ਜਿਹੜੇ ਆਦਿਵਾਸੀ ਲੋਕ ਹੀ ਉਹ ਰਾਜਸਥਾਨ, MP, ਗੁਜਰਾਤ ਅਤੇ ਬਿਹਾਰ, ਉੜੀਸਾ ਦੇ ਵਿੱਚ ਰਹਿੰਦੇ ਸਨ। ਅਗਲਾ ਪ੍ਰਸ਼ਨ ਹੈ, ਰਾਜਸਥਾਨ, ਗੁਜਰਾਤ, ਬਿਹਾਰ, ਉੜੀਸਾ ਅਤੇ ਮੱਧ ਪ੍ਰਦੇਸ਼ ਤੋਂ ਇਲਾਵਾ ਆਦਿਵਾਸੀ ਲੋਕ ਛੋਟੇ ਛੋਟੇ ਰਾਜਾਂ ਵਿੱਚ ਰਹਿੰਦੇ ਸਨ, ਹੈ ਨਾ। ਇਹ ਸਾਨੂੰ ਕਲੀਅਰ ਹੋ ਗਿਆ, ਪ੍ਰਸ਼ਨ ਸਟੇਟਮੈਂਟ ਦੇ ਵਿੱਚ ਹੀ ਕਲੀਅਰ ਹੋ ਗਿਆ ਕਿ ਆਦਿਵਾਸੀ ਲੋਕ ਹੈ ਰਾਜਸਥਾਨ, ਗੁਜਰਾਤ, ਉੜੀਸਾ, ਮੱਧ ਪ੍ਰਦੇਸ਼ ਅਤੇ, ਹੈ ਨਾ, ਰਹਿੰਦੇ ਸੀ ਵੱਡੇ ਵੱਡੇ ਰਾਜਾਂ ਵਿੱਚ। ਇਹਨਾਂ ਤੋਂ ਇਲਾਵਾ ਛੋਟੇ ਛੋਟੇ ਰਾਜਾਂ ਵਿੱਚ ਵੀ ਰਹਿੰਦੇ ਸਨ, ਉਹ ਕਿਹੜੇ ਸੀ? ਪੰਜਾਬ ਅਤੇ ਹਿਮਾਚਲ, ਹਰਿਆਣਾ ਅਤੇ ਹਿਮਾਚਲ, ਸਿੱਕਿਮ, ਗੋਆ ਅਤੇ ਮਿਜ਼ੋਰਮ, ਲਕਸ਼ਦੀਪ। ਸੋ ਰਾਈਟ ਆਂਸਰ ਹੈ ਬੱਚੇ ਸਾਡੇ ਕੋਲ ਸੀ ਅਤੇ ਡੀ। ਇਹ ਜਿਹੜੇ ਛੋਟੇ ਛੋਟੇ ਰਾਜਾਂ ਵਿੱਚ ਰਹਿੰਦੇ ਸੀ ਉਹ ਸੀ ਸਿੱਕਿਮ, ਗੋਆ, ਮਿਜ਼ੋਰਮ ਅਤੇ ਲਕਸ਼ਦੀਪ। ਅਗਲਾ ਪ੍ਰਸ਼ਨ ਹੈ, ਆਦਿਵਾਸੀ ਕਬੀਲੇ ਦੇ ਲੋਕ ਕਿਹੜੇ ਕਿਹੜੇ ਕਬੀਲਿਆਂ ਨਾਲ ਸੰਬੰਧ ਰੱਖਦੇ ਸਨ? ਹੁਣ ਇਹ ਅਸੀਂ ਪ੍ਰਸ਼ਨ ਦੇ ਵਿੱਚ ਹੈ ਕਿਹੜੇ ਕਿਹੜੇ ਕਬੀਲਿਆਂ ਨਾਲ, ਮੀਨਸ ਕਿ ਕਬੀਲਿਆਂ ਦੇ ਨਾਮ ਕਿਹੜੇ ਕਿਹੜੇ ਸੀ? ਅਗਰ ਗੋਡ ਆ ਜਾਏ ਜਾਂ ਗੋਂਡ ਆ ਜਾਏ ਉਹ ਠੀਕ ਹੈ, ਗੋਂਡ, ਸੰਥਾਲ ਅਤੇ ਮਿੰਜ਼ੋ, ਭੀਲ, ਉਪਰੋਕਤ ਸਾਰੇ ਹੀ? ਸੋ ਬੱਚੇ ਉਪਰੋਕਤ ਸਾਰੇ ਹੀ ਰਾਈਟ ਆਂਸਰ ਹੈ। ਇਹ ਕਬੀਲਿਆਂ, ਗੋਂਡ, ਸੰਥਾਲ, ਮਿੰਜ਼ੋ, ਭੀਲ, ਇਹ ਕੀ ਹੈ? ਆਦਿਵਾਸੀ ਕਬੀਲਿਆਂ ਦੇ ਨਾਮ ਹੈ। ਹਾਂਜੀ, ਅਗਲੇ
ਕਲਾਸ ਨੂੰ ਕੰਟੀਨਿਊ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਵਾਰੀ ਫਿਰ ਦੱਸ ਦਿੱਤਾ ਜਾਂਦਾ ਹੈ ਕਿ MSW ਸਟੱਡੀ ਚੈਨਲ ਦੇ ਉੱਤੇ ਕੀ ਹੈ, PSTET CTET ਦੀ ਤਿਆਰੀ ਕਰਵਾਈ ਜਾ ਰਹੀ ਹੈ, ਚਾਈਲਡ ਡਿਵੈਲਪਮੈਂਟ ਕੋਰਸ, ਚਾਈਲਡ ਡਿਵੈਲਪਮੈਂਟ ਅਗਰ ਤੁਸੀਂ ਸਬਜੈਕਟ ਦੀ ਤਿਆਰੀ ਕਰਨੀ ਹੈ ਤਾਂ 500 ਰੁਪਏ ਵਿੱਚ ਤੁਸੀਂ ਫੁੱਲ ਕੋਰਸ ਜਿਹੜਾ ਉਹ ਲੈ ਸਕਦੇ ਹੋ, ਜਿਹਦੇ ਵਿੱਚ ਕੀ ਹੁੰਦਾ ਤੁਹਾਨੂੰ PDF ਫਰੀ, MCQ ਠੀਕ ਹੈ, ਰਿਕਾਰਡਡ ਲੈਕਚਰ ਜਿਹੜੇ ਆ ਉਹ ਮਿਲਣਗੇ। ਅਗਰ PSTET ਪੇਪਰ 1 ਦੀ ਤਿਆਰੀ ਕਰਨਾ ਚਾਹੁੰਦੇ ਹੋ ਤੁਸੀਂ ਤਾਂ ਤੁਸੀਂ 999 ਦੇ ਵਿੱਚ ਜਿਹੜਾ ਕੋਰਸ ਹੈ ਪਰਚੇਜ਼ ਕਰ ਸਕਦੇ ਹੋ, ਠੀਕ ਹੈ। PSTET ਪੇਪਰ 2 ਦੀ ਤਿਆਰੀ ਕਰਨੀ ਚਾਹੁੰਦੇ ਹੋ ਤਾਂ SST ਦਾ ਜਿਹੜਾ ਫੁੱਲ ਸਿਲੇਬਸ ਹੈ, ਫੁੱਲ ਕੋਰਸ ਹੈ, ਉਹ ਤੁਹਾਨੂੰ 2000 ਰੁਪਏ ਦੇ ਵਿੱਚ ਮਿਲੇਗਾ, ਠੀਕ ਹੈ ਜੀ। ਸੋ ਅਗਲਾ ਪ੍ਰਸ਼ਨ ਹੈ ਸਾਡੇ ਕੋਲ, ਗੌਂਡ, ਭੀਲ, ਸੰਥਾਲ ਅਤੇ ਮਿੰਜ਼ੋ ਕਬੀਲਿਆਂ ਵਿੱਚ ਸਭ ਤੋਂ ਵੱਧ ਗਿਣਤੀ ਕਿਸ ਕਬੀਲੇ ਦੀ ਸੀ। ਹੁਣ ਉਹਨੂੰ ਕਬੀਲਿਆਂ ਦੇ ਨਾਂ ਤਾਂ ਪਤਾ ਲੱਗ ਗਏ ਕਿਹੜੇ ਸੀ, ਗੌਂਡ, ਭੀਲ, ਸੰਥਾਲ, ਮਿੰਜ਼ੋ। ਹੁਣ ਇਹਨਾਂ ਵਿੱਚੋਂ ਸਭ ਤੋਂ ਜ਼ਿਆਦਾ ਗਿਣਤੀ 'ਚ ਕਿਹੜੇ ਸੀਗੇ, ਉਹ ਕੌਣ ਸੀਗੇ, ਗੌਂਡ, ਠੀਕ ਹੈ। ਤੁਸੀਂ ਯਾਦ ਰੱਖਣਾ ਗੌਂਡ ਵੱਡਾ ਹੁੰਦਾ ਜ਼ਿਆਦਾ, ਹੈ ਨਾ, ਫਿਰ ਗੌਂਡ ਜਿਹੜੇ ਕਬੀਲੇ ਉਹਨਾਂ ਦੀ ਗਿਣਤੀ, ਉਹਨਾਂ ਲੋਕਾਂ ਦੀ ਗਿਣਤੀ ਸੀ ਜ਼ਿਆਦਾ, ਠੀਕ ਹੈ। ਅਗਲਾ ਪ੍ਰਸ਼ਨ ਹੈ, ਆਦਿਵਾਸੀ ਲੋਕ ਕਿੱਥੇ ਕਿੱਥੇ ਰਹਿੰਦੇ ਸਨ, ਪਹਾੜੀ ਅਤੇ ਜੰਗਲੀ ਖੇਤਰ ਵਿੱਚ 63%, ਹੈ ਨਾ, ਟਾਪੂਆਂ ਵਿੱਚ 2.2%, ਅੱਧ ਖੰਡ ਠੰਡੇ ਇਲਾਕਿਆਂ ਵਿੱਚ 1.6%, ਉਪਰੋਕਤ ਸਾਰੇ ਹੀ। ਸੋ ਬੱਚੇ ਇਹਨੂੰ ਨੋਟ ਕਰ ਲਓ, ਉਪਰੋਕਤ ਸਾਰੇ ਆਪਸ਼ਨ ਜਿਹੜੀ ਡੀ ਆ ਉਹ ਸਹੀ ਆ, ਠੀਕ ਹੈ। ਇਹ ਜਿਹੜੇ ਆਦਿਵਾਸੀ ਲੋਕ ਹੈ ਇਹਨਾਂ ਦਾ 63% ਹਿੱਸਾ ਜਿਹੜਾ ਉਹ ਪਹਾੜੀ ਅਤੇ ਜੰਗਲੀ ਖੇਤਰ ਵਿੱਚ ਰਹਿੰਦਾ ਸੀ, ਟਾਪੂਆਂ ਵਿੱਚ 2.2% ਰਹਿੰਦੇ ਸੀ, ਅਤੇ ਜਿਹੜੇ ਠੰਡੇ ਇਲਾਕੇ ਉਹਨਾਂ ਵਿੱਚ ਇਹ ਰਹਿੰਦੇ ਸੀ 1.6%, ਠੀਕ ਹੈ। ਅਗਲਾ ਪ੍ਰਸ਼ਨ ਹੈ ਜੀ, ਆਦਿਵਾਸੀ ਲੋਕ ਕਿਹੋ ਜਿਹੇ ਘਰਾਂ ਵਿੱਚ ਰਹਿੰਦੇ ਸਨ, ਇਹ ਬੜਾ ਸੌਖਾ ਪ੍ਰਸ਼ਨ ਹੈ, ਤੁਸੀਂ ਕਰ ਹੀ ਲੈਣਾ, ਹੈ ਨਾ, ਮਹਿਲਾਂ ਵਿੱਚ, ਝੌਂਪੜੀਆਂ ਵਿੱਚ, ਗਲੀਆਂ ਵਿੱਚ, ਉਪਰੋਕਤ ਕੋਈ ਵੀ ਨਹੀਂ। ਸੋ ਬੱਚੇ ਸਾਡੇ ਕੋਲ ਜਿਹੜੀ ਰਾਈਟ ਆਪਸ਼ਨ ਹੈ ਉਹ ਹੈਗੀ ਬੀ, ਇਹ ਲੋਕ ਜਿਹੜੇ ਆਦਿਵਾਸੀ ਹੈ ਜਾਂ ਕਬੀਲੇ ਦੇ ਲੋਕ ਹੈ ਇਹ ਝੌਂਪੜੀਆਂ ਵਿੱਚ ਰਹਿੰਦੇ ਸੀ ਅਤੇ ਹੁਣ ਵੀ ਰਹਿੰਦੇ ਆ। ਆਦਿਵਾਸੀ ਲੋਕਾਂ ਦੀਆਂ ਝੌਂਪੜੀਆਂ ਕਿਹੋ ਜਿਹੀਆਂ ਹੁੰਦੀਆਂ ਸਨ, ਬਹੁਤ ਹੀ ਤਰਤੀਬ ਨਾਲ ਬਣੀਆਂ ਹੋਈਆਂ, ਬਹੁਤ ਦੂਰ ਦੂਰ, ਬੇਤਰਤੀਬ ਢੰਗ ਨਾਲ ਬਣੀਆਂ ਹੋਈਆਂ, ਇਹਨਾਂ ਵਿੱਚੋਂ ਕੋਈ ਵੀ ਨਹੀਂ। ਸੋ ਬੱਚੇ ਰਾਈਟ ਆਂਸਰ ਹੈ ਸਾਡੇ ਕੋਲ ਸੀ, ਇਹਨਾਂ ਦੀਆਂ ਜਿਹੜੀਆਂ ਝੌਂਪੜੀਆਂ ਸੀ ਉਹ ਜਿਹੜੀਆਂ ਬੇਤਰਤੀਬ ਢੰਗ ਨਾਲ ਹੀ ਬਣੀਆਂ ਹੁੰਦੀਆਂ ਸੀ, ਠੀਕ ਹੈ। ਕਬਾਇਲੀ ਸਮਾਜ ਦੇ ਲੋਕਾਂ ਦੇ ਸਭ ਤੋਂ ਮੁੱਢਲੀ ਇਕਾਈ ਕਿਹੜੀ ਸੀ, ਕਬਾਇਲੀ ਸਮਾਜ ਦੇ ਲੋਕਾਂ ਦੇ ਜਿਹੜੀ ਸੀ ਸਭ ਤੋਂ ਮੁੱਢਲੀ ਇਕਾਈ ਕਿਹੜੀ ਸੀ, ਉਹ ਦੇਖੋ ਸਮਾਜ, ਪਰਿਵਾਰ, ਪੰਚਾਇਤ, ਭਾਈਚਾਰਾ। ਹੁਣ ਪ੍ਰਸ਼ਨ ਹੈ ਕਿ ਜਿਹੜੇ ਆਦਿਵਾਸੀ ਲੋਕ ਸੀਗੇ ਇਹਨਾਂ ਦੇ ਵਿੱਚ ਸਭ ਤੋਂ ਛੋਟੀ ਇਕਾਈ ਕਿਹੜੀ ਸੀਗੀ, ਹੈ ਨਾ, ਉਹ ਛੋਟੀ ਇਕਾਈ ਦੇਖੋ, ਛੋਟੀ ਇਕਾਈ ਚਾਹੇ ਹੈਗੀ ਚਾਹੇ ਮੁੱਢਲੀ ਇਕਾਈ, ਉਹ ਸੇਮ ਹੈ, ਸਮਾਜ, ਪਰਿਵਾਰ, ਪੰਚਾਇਤ ਅਤੇ ਭਾਈਚਾਰਾ। ਸੋ ਰਾਈਟ ਆਂਸਰ ਹੈ ਬੱਚੇ ਸਾਡੇ ਕੋਲ ਬੀ, ਪਰਿਵਾਰ ਜਿਹੜਾ ਹੈ ਉਹ ਸਭ ਤੋਂ ਛੋਟੀ ਇਕਾਈ ਸੀ ਆਦਿਵਾਸੀ ਕਬੀਲਿਆਂ ਦੀ। ਅਗਲਾ ਹੈ, MP ਮੀਨਜ਼ ਮੱਧ ਪ੍ਰਦੇਸ਼ ਵਿੱਚ ਕਿਸ ਕਬੀਲੇ ਨੇ ਅੰਗਰੇਜ਼ਾਂ ਵਿਰੁੱਧ ਵਿਦਰੋਹ ਕੀਤਾ, ਭੀਲ, ਗੌਂਡ, ਖਾਸੀ, ਉਪਰੋਕਤ ਸਾਰੇ ਹੀ। ਹੁਣ ਅਸੀਂ ਦੇਖਿਆ ਹੈ ਕਿ ਜਿਹੜੇ ਕਬੀਲੇ ਦੇ ਲੋਕ ਆਦਿਵਾਸੀ ਲੋਕ ਆ ਉਹ ਕਿੱਥੇ ਕਿੱਥੇ ਰਹਿੰਦੇ, ਮੱਧ ਪ੍ਰਦੇਸ਼, ਰਾਜਸਥਾਨ, ਗੁਜਰਾਤ, ਹੈ ਨਾ, ਉੜੀਸਾ ਵਿੱਚ। ਹੁਣ MP ਵਿੱਚ ਕਿਹਨਾਂ ਲੋਕਾਂ ਨੇ ਵਿਦਰੋਹ ਕੀਤਾ ਸੀ ਅੰਗਰੇਜ਼ਾਂ ਵਿਰੁੱਧ, ਕਿਹੜਾ ਕਬੀਲਾ ਸੀ ਉਹ, ਗੌਂਡ, ਭੀਲ, ਖਾਸੀ ਕਿ ਉਪਰੋਕਤ ਸਾਰੇ ਹੀ। ਸੋ ਰਾਈਟ ਆਂਸਰ ਹੈ ਬੱਚੇ ਸਾਡੇ ਕੋਲ ਆਪਸ਼ਨ ਏ, ਠੀਕ ਹੈ। MP ਵਿੱਚ ਜਿਹੜਾ ਭੀਲ ਕਬੀਲਾ ਹੈ ਉਹ ਅੰਗਰੇਜ਼ਾਂ ਦੇ ਵਿਰੁੱਧ ਵਿਦਰੋਹ ਕਰਦਾ ਹੈ। ਬਿਹਾਰ ਵਿੱਚ ਕਿਸ ਕਬੀਲੇ ਦੇ ਲੋਕਾਂ ਨੇ ਅੰਗਰੇਜ਼ਾਂ ਵਿਰੁੱਧ ਵਿਦਰੋਹ ਕੀਤਾ, ਖਾਸੀ ਕਬੀਲੇ ਨੇ, ਮੁੰਡਾ ਕਬੀਲੇ ਨੇ, ਭੀਲ ਕਬੀਲੇ ਨੇ ਕਿ ਉਪਰੋਕਤ ਸਾਰੇ ਹੀ। ਸੋ ਬੱਚੇ ਭੀਲ ਕਬੀਲੇ ਨੇ ਤਾਂ MP ਵਿੱਚ ਕੀਤਾ, ਹੈ ਨਾ। ਸੋ ਰਾਈਟ ਆਂਸਰ ਹੋਏਗਾ ਸਾਡੇ ਕੋਲ ਆਪਸ਼ਨ ਬੀ, ਜਿਹੜਾ ਮੁੰਡਾ ਕਬੀਲਾ ਦੇ ਲੋਕ ਸੀਗੇ ਨਾ ਉਹਨਾਂ ਨੇ ਬਿਹਾਰ ਵਿੱਚ ਵਿਦਰੋਹ ਕੀਤਾ ਸੀ ਅੰਗਰੇਜ਼ਾਂ ਦੇ ਵਿਰੁੱਧ।
ਅਗਲਾ ਪ੍ਰਸ਼ਨ ਹੈ ਅਗਰ ਗੋਂਡ ਆ ਜਾਏ ਜਾਂ ਗੋਡ ਆ ਜਾਏ ਉਹ ਸੇਮ ਹੋਏਗਾ, ਕਨਫਿਊਜ਼ ਨਾ ਹੋਇਓ। ਗੋਂਡ ਲੋਕਾਂ ਨੇ ਕਿੱਥੇ ਅੰਗਰੇਜ਼ਾਂ ਦਾ ਵਿਰੋਧ ਕੀਤਾ? ਹੁਣ ਗੋਂਡ ਕਬੀਲਾ ਜਿਹੜਾ ਸਭ ਤੋਂ ਜ਼ਿਆਦਾ ਸੀ ਇਹ ਕਿੱਥੇ ਸੀ? ਉੜੀਸਾ ਵਿੱਚ। ਅਤੇ ਸਭ ਤੋਂ ਜ਼ਿਆਦਾ ਮਤਲਬ ਅੰਗਰੇਜ਼ਾਂ ਦਾ ਵਿਰੋਧ ਕਿੱਥੇ ਕੀਤਾ ਹੋਏਗਾ ਇਹਨਾਂ ਨੇ? ਉਹ ਫਿਰ ਉੜੀਸਾ ਹੀ ਆਏਗਾ। ਸੋ ਰਾਈਟ ਆਂਸਰ ਹੈ ਬੱਚੇ ਸਾਡੇ ਕੋਲ ਉੜੀਸਾ, ਜਿਹੜਾ ਗੋਂਡ ਕਬੀਲਾ ਹੈ ਉੜੀਸਾ ਦੇ ਵਿੱਚ ਵਿਦਰੋਹ ਕਰਦਾ ਹੈ ਅੰਗਰੇਜ਼ਾਂ ਦੇ ਵਿਰੁੱਧ। ਮੇਘਾਲਿਆ ਵਿੱਚ ਕਿਹੜੇ ਲੋਕਾਂ ਨੇ ਅੰਗਰੇਜ਼ਾਂ ਵਿਰੁੱਧ ਵਿਦਰੋਹ ਕੀਤਾ? ਖਾਸੀ ਕਬੀਲੇ ਦੇ ਲੋਕਾਂ ਨੇ, ਗੋਂਡ ਕਬੀਲੇ ਦੇ ਲੋਕਾਂ ਨੇ, ਸੰਥਾਲ ਕਬੀਲੇ ਦੇ ਲੋਕਾਂ ਨੇ ਕਿ ਉਪਰੋਕਤ ਸਾਰੇ ਹੀ? ਸੋ ਰਾਈਟ ਆਂਸਰ ਹੈ ਬੱਚੇ ਸਾਡੇ ਕੋਲ ਆਪਸ਼ਨ ਏ। ਖਾਸੀ ਕਬੀਲੇ ਦੇ ਜਿਹੜੇ ਲੋਕ ਹੈ ਨਾ ਮੇਘਾਲਿਆ ਵਿੱਚ ਰਹਿੰਦੇ ਸੀ ਅਤੇ ਇਹਨਾਂ ਨੇ ਅੰਗਰੇਜ਼ਾਂ ਦੇ ਵਿਰੁੱਧ ਵਿਦਰੋਹ ਕੀਤਾ। ਅਗਲਾ ਪ੍ਰਸ਼ਨ ਹੈ ਸੰਥਾਲ ਕਬੀਲੇ ਦੇ ਲੋਕਾਂ ਨੇ ਅੰਗਰੇਜ਼ਾਂ ਵਿਰੁੱਧ ਕਿੱਥੇ ਭਾਰੀ ਵਿਦਰੋਹ ਕੀਤਾ? ਉੜੀਸਾ, ਗੁਜਰਾਤ, ਬੰਗਾਲ ਅਤੇ ਬਿਹਾਰ, ਉਪਰੋਕਤ ਸਾਰੇ ਹੀ। ਸੋ ਰਾਈਟ ਆਂਸਰ ਹੋਏਗਾ ਬੱਚੇ ਸਾਡੇ ਕੋਲ ਸੀ। ਜਿਹੜੇ ਸੰਥਾਲ ਕਬੀਲੇ ਦੇ ਲੋਕ ਹੈ ਉਹਨਾਂ ਨੇ ਅੰਗਰੇਜ਼ਾਂ ਵਿਰੁੱਧ ਬੰਗਾਲ ਅਤੇ ਬਿਹਾਰ ਵਿੱਚ ਵਿਦਰੋਹ ਕੀਤਾ ਸੀ। ਠੀਕ ਹੈ, ਬਿਹਾਰ ਦੇ ਵਿੱਚ ਮੁੰਡਾ ਕਬੀਲੇ ਦੇ ਜਿਹੜੇ ਲੋਕ ਹੈ ਉਹ ਵੀ ਵਿਦਰੋਹ ਕਰਦੇ। ਠੀਕ ਹੈ, ਬਿਹਾਰ ਤੋਂ ਅਸੀਂ ਯਾਦ ਰੱਖਣਾ ਕਿ ਇੱਥੇ ਬਿਰਸਾ ਮੁੰਡਾ ਵੀ ਹੁੰਦਾ ਜਿਹੜਾ ਅੰਗਰੇਜ਼ਾਂ ਦੇ ਵਿਰੁੱਧ ਵਿਦਰੋਹ ਕਰਦਾ ਅਤੇ ਐਂਡ ਵਿੱਚ ਕੀ ਕਰਦਾ ਆ ਉਹ ਹੱਕ ਲੈ ਕੇ ਦਿੰਦਾ ਉਹ ਜਿਹੜੇ ਛੋਟੇ ਛੋਟੇ ਕਿਸਾਨ ਹੈ। ਠੀਕ ਹੈ, ਹਾਂਜੀ, ਅੱਗੇ ਕਲਾਸ ਕੰਟੀਨਿਊ ਕਰਨ ਤੋਂ ਪਹਿਲਾਂ ਤੁਹਾਨੂੰ ਫਿਰ ਇੱਕ ਵਾਰੀ ਦੱਸ ਦਿੱਤਾ ਜਾਂਦਾ ਹੈ ਕਿ ਸਾਡੇ MSW ਸਟੱਡੀ ਚੈਨਲ ਦੇ ਉੱਤੇ ਕੀ ਆ ਫੁੱਲ ਕੋਰਸ ਕਰਾਇਆ ਜਾ ਰਿਹਾ ਹੈ 500 ਰੁਪਏ ਦੇ ਵਿੱਚ। ਅਗਰ ਤੁਸੀਂ ਸਿਰਫ ਔਰ ਸਿਰਫ CDP ਦੀ ਤਿਆਰੀ ਕਰਨਾ ਚਾਹੁੰਦੇ ਹੋ, ਪੇਪਰ 1 ਦੀ ਤਿਆਰੀ ਕਰਨਾ ਚਾਹੁੰਦੇ ਹੋ, ਤਾਂ ਤੁਸੀਂ 999 ਰੁਪਏ ਦੇ ਵਿੱਚ ਕੀ ਆ ਕੋਰਸ ਪਰਚੇਜ਼ ਕਰ ਸਕਦੇ ਹੋ, ਜਿਸ ਵਿੱਚ ਕੀ ਹੋਏਗਾ ਤੁਹਾਨੂੰ CDP ਦਾ ਫੁੱਲ ਸਿਲੇਬਸ ਕਰਵਾਇਆ ਜਾਏਗਾ ਪੰਜਾਬੀ ਅਤੇ ਇੰਗਲਿਸ਼ ਦਾ। ਠੀਕ ਹੈ, ਅਗਰ ਤੁਸੀਂ ਪੇਪਰ 2 ਦੀ ਤਿਆਰੀ ਕਰਨਾ ਚਾਹੁੰਦੇ ਹੋ ਤਾਂ SST ਦੇ ਵਿੱਚ ਕੀ ਆ ਤੁਹਾਨੂੰ ਜੋਗ੍ਰਾਫੀ, ਹਿਸਟਰੀ, ਪੋਲੀਟੀਕਲ ਦੇ ਵਿੱਚ ਸਾਰਾ ਸਿਲੇਬਸ ਕਰਵਾਇਆ ਜਾਏਗਾ। ਠੀਕ ਹੈ, ਜੋ ਵੀ PSAT ਦਾ ਸਿਲੇਬਸ ਹੈ 2000 ਰੁਪਏ ਦੇ ਵਿੱਚ, ਉਹਦੇ ਵਿੱਚ ਕੀ ਹੋਏਗਾ ਤੁਹਾਨੂੰ PDF, ਤੁਹਾਨੂੰ ਰਿਕਾਰਡਡ ਲੈਕਚਰ, ਫਰੀ NCQ ਅਤੇ ਲਾਈਵ ਕਲਾਸਿਸ ਜਿਹੜੀਆਂ ਉਹ ਮਿਲਣਗੀਆਂ। ਠੀਕ ਹੈ ਜੀ, ਸੋ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਮੈਂ ਮਨਪ੍ਰੀਤ ਕੌਰ ਧੰਨਵਾਦ ਕਰਦੀ ਹਾਂ। ਤੁਸੀਂ ਸਾਡੇ ਚੈਨਲ ਨਾਲ ਜੁੜੋ, ਠੀਕ ਹੈ, PSAT ਕਲੀਅਰ ਕਰੋ, ਮਾਸਟਰ ਕੈਡਲ ਦੀ ਤਿਆਰੀ ਕਰੋ, ETT ਦੀ ਅਗਰ ਤੁਸੀਂ ਤਿਆਰੀ ਕਰ ਰਹੇ ਹੋ ਤਾਂ ਆਪਣੀ ਤਿਆਰੀ ਨੂੰ ਕੰਟੀਨਿਊ ਕਰੋ। ਸਾਨੂੰ ਇਸ ਨੰਬਰ 'ਤੇ ਮੈਸੇਜ ਕਰੋ, ਵਟਸਐਪ ਕੋਲ ਕਰੋ, ਵਟਸਐਪ ਮੈਸੇਜ ਕਰੋ ਚਾਹੇ ਕੋਲ ਕਰੋ, ਅਤੇ ਆਪਣਾ ਨੇਮ, ਸਬਜੈਕਟ, ਡਿਸਟ੍ਰਿਕਟ, ਜੈਂਡਰ ਸਾਨੂੰ ਸੈਂਡ ਕਰਨਾ ਹੈ ਲਿਖ ਕੇ। ਓਕੇ, ਸੋ ਧੰਨਵਾਦ ਸਾਰਿਆਂ ਦਾ।